ਪਤਨੀ ਨੇ ਆਪਣੇ ਹੀ ਪਤੀ ਨੂੰ ਗੈਰ ਔਰਤ ਦੇ ਨਾਲ ਇਤਰਾਜ਼ ਯੋਗ ਹਾਲਤ ਵਿੱਚ ਪਕੜਿਆ ਹੋਟਲ ਦੇ ਕਮਰੇ ਵਿੱਚੋਂ, ਬਣਾ ਲਈ ਲਾਈਵ ਵੀਡੀਓ ਤੇ ਕਰ ਦਿੱਤੀ ਵਾਇਰਲ। ਦਰਅਸਲ ਜੇ ਔਰਤ ਦੀ ਗੱਲ ਕੀਤੀ ਜਾਵੇ ਤੇ ਔਰਤ ਅੱਜ ਕਿਸੇ ਤੋਂ ਘੱਟ ਨਹੀਂ ਹੈ। ਉਸਨੂੰ ਪਤਾ ਹੁੰਦਾ ਹੈ ਕਿ ਮੇਰਾ ਪਤੀ ਕੀ ਕਰ ਰਿਹਾ ਕੀ ਨਹੀਂ। ਇਹ ਨਾ ਸਮਝੇ ਕਿ ਉਸਨੂੰ ਕੁਛ ਵੀ ਪਤਾ ਨਹੀਂ ਹੁੰਦਾ। ਸ਼ਾਇਦ ਇਸ ਔਰਤ ਨੂੰ ਵੀ ਉਸਦੇ ਪਤੀ ਵੱਲੋਂ ਅੱਖਾਂ ਵਿੱਚ ਘੱਟਾ ਪਾ ਕੇ ਰੰਗ ਰਲੀਆਂ ਬਣਾਉਣ ਦੀ ਜੋ ਕੋਸ਼ਿਸ਼ ਕਰਦਾ ਰਹਿੰਦਾ ਸੀ ਜਾਂ ਕਰ ਰਿਹਾ ਸੀ, ਇਸ ਬਾਰੇ ਔਰਤ ਨੂੰ ਪਲ ਪਲ ਦੀ ਖਬਰ ਸੀ। ਕਿਉਂਕਿ ਔਰਤ ਜਦੋਂ ਪਤੀ ਦੇ ਕੋਲ ਬੈਠਦੀ ਹੈ ਤੇ ਉਸਦੇ ਸਰੀਰ ਵਿੱਚੋਂ ਜਦੋਂ ਉਸਨੂੰ ਇੱਕ ਅਜੀਬ ਕਿਸਮ ਦੀ ਬਦਬੂ ਆਉਂਦੀ ਹੈ ਜਾਂ ਖੁਸ਼ਬੂ ਆਉਂਦੀ ਹੈ ਤੇ ਉਹ ਸਮਝ ਜਾਂਦੀ ਹੈ ਕਿ ਮੇਰੇ ਪਤੀ ਦਾ ਜੋ ਕਰੈਕਟਰ ਹੈ ਉਹ ਕਿੰਨਾ ਗਿਰਿਆ ਹੋਇਆ ਹੈ। ਉਸ ਰਾਤ ਵੀ ਕੁਝ ਇਸ ਤਰ੍ਹਾਂ ਹੀ ਹੋਇਆ। ਇਸ ਵਿੱਚ ਜਿੰਨੇ ਵੀ ਨਾਮ ਲੈ ਜਾਣਗੇ ਕਾਲਪਨਿਕ ਹੋਣਗੇ, ਅਸਲੀ ਨਾਵਾਂ ਨਾਲ ਕੋਈ ਲੈਣ ਦੇਣ ਨਹੀਂ ਹੋਵੇਗਾ। ਰਾਜੂ ਜਦੋਂ ਬਹੁਤ ਹੀ ਉਦਾਸ ਸੀ ਤਾਂ ਉਸਨੇ ਰਾਤ ਨੂੰ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਕਰਦੀ ਨਾ ਤਾਂ ਰੋਟੀ ਖਾਧੀ ਸੀ ਤੇ ਨਾ ਹੀ ਉਸਨੂੰ ਨੀਂਦ ਆਉਂਦੀ ਸੀ। ਪਰ ਉਸਨੂੰ ਇਹ ਪਤਾ ਸੀ ਕਿ ਅੱਜ ਦਾਲ ਵਿੱਚ ਕੁਝ ਕਾਲਾ ਹੈ। ਉਸਨੇ ਆਪਣੇ ਪਤੀ ਦੇ ਦੋਸਤ ਨੂੰ ਫੋਨ ਕੀਤਾ ਕਿ ਉਸਨੇ ਕਿਹਾ ਸੀ ਕਿ ਅੱਜ ਕਿਸੇ ਆਫਿਸ ਦੀ ਮੀਟਿੰਗ ਸੀਗੀ ਹੋਟਲ ਦੇ ਵਿੱਚ। ਉਸ ਹੋਟਲ ਦੇ ਵਿੱਚ ਹੀ ਮੀਟਿੰਗ ਤਾਂ ਸਮਾਪਤ ਹੋ ਚੁੱਕੀ ਹੈ, ਪਰ ਬਾਅਦ ਵਿੱਚ ਕੁਝ ਲੇਡੀ ਸਟਾਫ ਦੇ ਨਾਲ ਉਹਨਾਂ ਦੀ ਇੱਕ ਖਾਸ ਮੀਟਿੰਗ ਸੀ। ਲੇਡੀ ਸਟਾਫ ਦਾ ਨਾਮ ਸੁਣਦੇ ਸਾਰ ਹੀ ਰਾਜੂ ਦੀਆਂ ਅੱਖਾਂ ਵਿੱਚ ਕੁਛ ਅਜੀਬ ਤਰ੍ਹਾਂ ਦਾ ਇਤਫਾਕ ਨਜ਼ਰ ਆਉਣ ਲੱਗਾ। ਰਾਜੂ ਨੇ ਬਾਕਾਇਦਾ ਤੌਰ 'ਤੇ ਉਸ ਹੋਟਲ ਦੇ ਵਿੱਚ ਜਾਣ ਦਾ ਮਨ ਬਣਾਇਆ ਅਤੇ ਉਹ ਆਪਣੇ ਮੋਬਾਈਲ ਨੂੰ ਆਪਣੇ ਨਾਲ ਲੈ ਕੇ ਹੋਟਲ ਵੱਲ ਰਵਾਨਾ ਹੋ ਗਈ। ਬਾਅਦ ਵਿੱਚ ਜਦੋਂ ਹੋਟਲ ਦੀ ਰਿਸੈਪਸ਼ਨ ਤੋਂ ਪੁੱਛਿਆ ਗਿਆ ਕਿ ਅੱਜ ਮੀਟਿੰਗ ਸੀ, ਉਹਨਾਂ ਨੇ ਕਿਹਾ ਕਿ ਮੀਟਿੰਗ ਤਾਂ ਖਤਮ ਹੋ ਚੁੱਕੀ ਹੈ, ਹਾਂ ਅਜੇ ਕੁਝ ਗੈਸਟ ਨੇ ਜੋ ਇੱਕ ਕਮਰੇ ਵਿੱਚ ਬੈਠੇ ਹੋਏ ਨੇ। ਔਰ ਉਸ ਦੀ ਪਤਨੀ ਨੇ ਪੁੱਛਿਆ ਕਿ ਕਿੰਨੇ ਗੈਸਟ ਨੇ, ਉਹਨਾਂ ਨੇ ਕਿਹਾ ਕਿ ਬਾਕੀ ਤਾਂ ਤਕਰੀਬਨ ਜਾ ਚੁੱਕੇ ਨੇ ਇਹ, ਔਰ ਇੱਕ ਫਰਮ ਦੇ ਮਾਲਕ ਨੇ, ਇੱਕ ਦੋ ਔਰਤਾਂ ਵੀ ਇਸ ਹੋਟਲ ਵਿੱਚ ਨੇ। ਔਰ ਜਦੋਂ ਰਾਜੂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਫਲਾਨੇ ਕਮਰੇ ਦੇ ਵਿੱਚ ਮੇਰਾ ਪਤੀ ਹੈ ਔਰ ਇੱਕ ਦੋ ਔਰਤਾਂ ਨੇ, ਉਸ ਦਾ ਸ਼ੱਕ ਹੋਰ ਯਕੀਨ ਵਿੱਚ ਬਦਲ ਗਿਆ। ਉਹ ਪਿੱਛੇ ਹੀ ਲੱਗ ਗਈ ਔਰ ਉਸ ਕਮਰੇ ਵਿੱਚ ਪਹੁੰਚ ਗਈ। ਜਦੋਂ ਕਮਰੇ ਵਿੱਚ ਪਹੁੰਚੀ ਤੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਦਰਵਾਜ਼ਾ ਬੰਦ ਹੋਣ ਕਰਕੇ ਕੁਛ ਦੇਰ ਨਹੀਂ ਖੁੱਲ੍ਹਾ। ਔਰ ਬਾਅਦ ਵਿੱਚ ਕੀ ਹੋਇਆ ਕਿ ਦਰਵਾਜ਼ਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਅੰਦਰੋਂ ਖੁੱਲ੍ਹ ਗਿਆ ਔਰ ਉਸਨੇ ਆਪਣਾ ਕੈਮਰਾ ਔਨ ਕੀਤਾ ਹੋਇਆ ਸੀ। ਕੈਮਰਾ ਔਨ ਕੀਤਾ ਦੇਖ ਜਦੋਂ ਉਸਦੀ ਨਜ਼ਰ ਬੈੱਡ 'ਤੇ ਪਈ ਤਾਂ ਉਸਦਾ ਪਤੀ ਕਿਸੇ ਗੈਰ ਔਰਤ ਦੇ ਨਾਲ ਮਤਲਬ ਇਤਰਾਜ਼ਯੋਗ ਹਾਲਤ ਵਿੱਚ ਪਕੜਿਆ ਗਿਆ। ਉਸਨੇ ਵੀਡੀਓ ਬਣਾ ਲਈ ਔਰ ਉਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ ਕਿ ਇਹ ਉਹ ਮਰਦ ਹੈ ਜੋ ਕਿਸੇ ਦੀਆਂ ਮਜਬੂਰੀਆਂ ਦਾ ਨਜਾਇਜ਼ ਫਾਇਦਾ ਚੁੱਕਦਾ ਹੈ, ਆਪਣੇ ਹੀ ਸਟਾਫ ਦੇ ਨਾਲ ਕਰ ਰਿਹਾ ਸੀ ਇਹ ਗੰਦੀ ਕਰਤੂਤ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਮਾਫੀਆਂ ਵੀ ਮੰਗੀਆਂ ਕਿ ਮੈਨੂੰ ਮਾਫ਼ ਕਰ ਦਿਓ। ਲੇਕਿਨ ਉਹ ਜ਼ਮੀਰ ਵਾਲੀ ਔਰਤ ਸੀ, ਉਸਨੇ ਆਪਣੇ ਪਤੀ ਨੂੰ ਮਾਫ਼ ਨਹੀਂ ਕੀਤਾ, ਉਲਟਾ ਉਸਨੂੰ ਕਿਹਾ ਕਿ ਅੱਜ ਤੋਂ ਬਾਅਦ ਜੇ ਤੂੰ ਮੇਰੇ ਘਰ ਆਇਆ ਤਾਂ ਤੇਰੀਆਂ ਲੱਤਾਂ ਵੱਟ ਦਿਆਂਗੀ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰ ਦਿੱਤੀ ਹੈ। ਦੋਸਤੋ, ਇਸ ਤਰ੍ਹਾਂ ਦੀਆਂ ਖਬਰਾਂ ਹਰ ਰੋਜ਼ ਆਪਾਂ ਵੇਖਦੇ ਹਾਂ, ਸੁਣਦੇ ਹਾਂ ਕਿ ਰੰਗੇ ਹੱਥੀਂ ਆਪਣੀ ਪਤਨੀ ਨੂੰ ਪਕੜਿਆ, ਰੰਗੇ ਹੱਥੀਂ ਆਪਣੇ ਪਤੀ ਨੂੰ ਪਕੜ ਲਿਆ, ਮਤਲਬ ਇਸ ਤਰ੍ਹਾਂ ਸਭ ਕੁਝ ਚੱਲਦਾ ਰਹਿੰਦਾ ਹੈ। ਲੇਕਿਨ ਜਦੋਂ ਤੱਕ ਵਿਸ਼ਵਾਸ ਬੱਝਿਆ ਰਹੇਗਾ, ਵਿਸ਼ਵਾਸ ਦੇ ਉੱਪਰ ਜਿੰਨੀ ਮਰਜ਼ੀ ਆਪਾਂ ਬਿਲਡਿੰਗ ਉਸਾਰ ਸਕਦੇ ਹਾਂ, ਪਰ ਅਫਸੋਸ ਦੀ ਗੱਲ ਹੈ ਕਿ ਕੁਝ ਲੋਕ ਵਿਸ਼ਵਾਸਘਾਤ ਜ਼ਰੂਰ ਕਰਦੇ ਨੇ ਔਰ ਉਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਦੂਸਰਿਆਂ ਦੀ ਜ਼ਿੰਦਗੀ ਦੇ ਨਾਲ ਖੇਡ ਹੀ ਜਾਂਦੇ ਨੇ। ਲੇਕਿਨ ਉਹਨਾਂ ਦੀ ਅਸਲੀਅਤ ਤੋਂ ਉਹ ਵੀ ਲੋਕ ਵਾਕਿਫ ਹੁੰਦੇ ਨੇ ਔਰ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ
ਝੁਕਦੇ ਨੇ। ਸੋ ਇਸ ਬਹਾਦਰ ਪਤਨੀ ਨੂੰ ਮੈਂ ਇੱਕ ਦਾਤ ਦੇਣੀ ਚਾਹੁੰਦਾ ਹੈ ਕਿ ਜਿਸ ਨੇ ਮੌਕੇ 'ਤੇ ਕਹਿਤਾ ਕਿ ਅੱਜ ਤੋਂ ਬਾਅਦ ਤੂੰ ਮੇਰੇ ਘਰ ਨਹੀਂ ਵੜਨਾ, ਅੱਜ ਤੋਂ ਬਾਅਦ ਮੈਂ ਖੁਦ ਆਪਣੇ ਬੱਚਿਆਂ ਦੀ ਦੇਖਭਾਲ ਕਰਾਂਗੀ, ਤੇਰੇ ਵਰਗੇ ਗੰਦੇ ਪਤੀ ਤੋਂ ਮੈਂ ਹਮੇਸ਼ਾ ਲਈ ਦੂਰ ਜਾਣਾ ਚਾਹੁੰਦੀ ਹਾਂ। ਉਸ ਔਰਤ ਨੂੰ ਇਹ ਜ਼ਰੂਰ ਕਿਹਾ, ਤੂੰ ਆਪਣੀ ਚੰਦ ਸਿੱਕਿਆਂ ਦੀ ਖਾਤਰ ਜਿਹੜੀ ਜ਼ਿੰਦਗੀ ਵੇਚ ਰਹੀ ਹੈ, ਇਸ ਦਾ ਕੀ ਮਤਲਬ ਹੋਇਆ? ਕਿ ਪੈਸਾ ਕਮਾਉਣ ਵਾਸਤੇ ਤੇਰੇ ਕੋਲ ਕੰਮ ਨਹੀਂ ਹੈ, ਤੇਰੇ ਹੱਥ ਪੈਰ ਨਹੀਂ ਹੈ, ਕਿਉਂ ਨਹੀਂ ਤੂੰ ਮਿਹਨਤ ਮਜ਼ਦੂਰੀ ਕਰਦੀ? ਇਸ ਤਰ੍ਹਾਂ ਦੀ ਕਮਾਈ ਦੇ ਨਾਲੋਂ ਤਾਂ ਨਰਕ ਭਰੀ ਜ਼ਿੰਦਗੀ ਜੀਉ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਦੋਸਤੋ, ਅੰਤ ਵਿੱਚ ਮੈਂ ਤਾਂ ਇਹੀ ਕਹਾਂਗਾ, ਵਿਸ਼ਵਾਸ ਬਣਾਈ ਰੱਖੋ ਜੇਕਰ ਆਪਾਂ ਆਪਣੇ ਘਰ ਨੂੰ ਸਹੀ ਤਰੀਕੇ ਨਾਲ ਚਲਾਉਣਾ ਹੈ। ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ। ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ, ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਅਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜ਼ਾਤ ਦਿਵਾਉਣ ਲਈ ਹਾਜ਼ਰ ਹੈ, ਫੀਰ ਲੀਫ ਪਾਵਰ, ਜਿਸ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਜਿਵੇਂ ਮਰਦਾਨਾ ਕਮਜ਼ੋਰੀ, ਅੰਤਰੀਆਂ ਦੀ ਸੋਜਿਸ਼, ਪਿਸ਼ਾਬ ਵਿੱਚ ਜਲਣ, ਦਿਲ ਦੀ ਕਮਜ਼ੋਰੀ, ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਰੂਬਰੂ ਹੈ, ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ। ਉਹ ਹੁਣ ਫੀਰ ਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ। ਇਹ ਮੈਡੀਸਨ 100% ਆਯੁਰਵੈਦਿਕ ਹੈ, ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 94784484087।